सत श्री अकाल, मैं सोम सहोता ते तुसी वेख रहे हो एबन पंजाबी टीवी। बाजवा साहब नू आम आदमी पार्टी दे हड़ प्रभावित इलाकियां दे विच काम करदे सेवा करदे MLAs मंत्री पंजाब दे खुद मुख्यमंत्री साहब नज़र नहीं आए, लेकिन एक MP है उन्होंने फिर भी, मैं कहना शुक्र है बाजवा साहब, तुहानू एक तां नज़र आया, एक तां नज़र आया, नहीं तो माफ़ करना जिस तरह के हालात, जिस तरह दियां तुहाडियां कह सकते हैं कि तुहाडे शब्द हुंदे है, तुहाडे कोलों तां उम्मीद नहीं रखी जा सकती सी। लेकिन जिस MP बारे तुसी कह रहे हो, वो MP जिहड़ा है वो सचमुच जमीन नाल जुड़िया होया है। और बाकी भी जिन्ने भी MLAs ने, जिन्ने भी आम आदमी पार्टी के वर्कर ने, उन्होंने भी बाजवा साहब बहुत सेवा की है। थोड़ी जानकारी लिए दस दई, बहुत सेवा की है। खुद पंजाब के मुख्यमंत्री भगवंत सिंह मान हैलीकॉप्टर राही नहीं, खुद जमीनी पद्धर से जा के उन्हों तक पहुँचे ने, जिहड़े लोग काफ़ी प्रभावित होए ने। और अज पंजाब के लोग सारे तारीफ कर रहे हैं, कुछ एक होणगे जो विरोध कर रहे हैं, लेकिन उन्हां विच्चों बाजवा साहब तुसी तो नहीं हो सकते, क्योंकि तुसी विरोधी धिर दे नेता हो, कांग्रेस के सीनियर आगू हो। और कम से कम तुहाडे कोलों उम्मीद नहीं सी कि तुसी नहीं तारीफ कर सकते, तुसी भी कीती है, तुसी भी कीती है, इसलिए तुसी मुबारकबाद दे पात्र हो। होर की गलबात हुई है खुद तुसी बाजवा साहब की जुबानों सुन सकते हो। एक अद्धा बंदा इन्हों का जेनुअनली एक अद्धा MP है जिहड़ा काम करता है, बाकी 7 चो 6 MP ते बाहरले मुल्कां दे विच फोटो बंद कर इन्हों दे MLA ते मिनिस्टर कोई लाल मिर्च हाथ ते रख के विखांदा, कोई टायर लक दे आले दुआले बन्ह के पानी च पैंदा है, पानी है 3 फुट टायर होंदे ने लक ते बन्निया जिहड़ा 5 फुट ते है, इह ड्रामिआं दा कोई फायदा है? चीफ मिनिस्टर खुद एक JCP मंगवांदा, ਘੰਟਾ ਟ੍ਰੈਫਿਕ ਰੋਕ ਕੇ ਰੱਖਦੇ ਨੇ, ਇੱਕ ਗਰੀਬ ਬੰਦਾ ਐਂਬੂਲੈਂਸ 'ਚ ਜਾਂਦਾ ਹੋਇਆ ਉਹਦੀ ਜਾਨ ਗੁਆਚ ਜਾਂਦੀ ਇਸ ਗੱਲ ਕਾਰਨ ਕਿਉਂਕਿ ਉਹਨੂੰ ਪੁਲਿਸ ਨੇ ਲੰਘਣ ਦਿੱਤੀ। ਉੱਥੇ ਚੀਫ ਮਿਨਿਸਟਰ ਉੱਥੇ ਫੋਟੋ ਆਫ ਕਰਾਉਂਦਾ, ਕਦੀ ਇੱਧਰੋਂ ਫੋਟੋ ਖਿੱਚੋ, ਕਦੀ ਸੱਜਿਓ ਖਿੱਚੋ, ਕਦੀ ਖੱਬੇ। ਪਾਣੀ ਦੇ ਵਿੱਚ ਮੈਨੂੰ ਦੱਸੋ ਜਿਹੜੀ ਉਹ JCP ਮੋਬਾਈਲ ਉਹਦਾ ਉੱਥੇ ਕੰਮ ਕੀ ਸੀ? ਪਹੁੰਚੇ ਚੁੱਕ ਕੇ ਵਿਖਾਉਂਦਾ ਫਿਰਦਾ ਕਿ ਮੇਰੇ ਪਹੁੰਚੇ ਗਿੱਲੇ ਹੋ ਗਏ। ਇਹ ਡਰਾਮੇ ਕਿਉਂਕਿ ਸਾਰੀ ਉਮਰ ਹੀ ਇਹਨਾਂ ਨੇ ਕੰਮ ਹੀ ਇਹ ਕੀਤਾ ਸਟੇਜਾਂ ਤੇ। ਅੱਜ ਪੰਜਾਬ ਨੂੰ ਮੈਂ ਅਗਲੀ ਗੱਲ ਇਹਨੂੰ ਕਹਿਣਾ ਚਾਹੁੰਦਾ, ਵੇਖੋ ਕਦੀ ਤੁਸੀਂ ਸੁਣਿਆ ਕੋਈ ਮੁੱਖ ਮੰਤਰੀ ਕਹਿੰਦਾ ਕਿ ਪ੍ਰਧਾਨ ਮੰਤਰੀ ਨੇ ਕੋਈ ਦੇਣਾ ਦੇ ਦਿਓ, ਅਸੀਂ ਮੰਗਣ ਨਹੀਂ ਜਾਣਾ, ਅਸੀਂ ਮੰਗਦੇ ਨਹੀਂ। ਉਹ ਜੇ ਤੁਸੀਂ ਅੱਜ ਹਿੰਦੁਸਤਾਨ ਦਾ ਹਿੱਸਾ ਹੈ, ਪੰਜਾਬ ਸਾਰਾ ਵੱਡੀ ਫੂਡ ਬਾਸਕਿਟ, ਸਾਡਾ ਫਰਜ਼ ਬਣਦਾ ਸੀ ਮੋਦੀ ਕੋਲ ਜਾਈਏ ਮੰਗ ਕਰੀਏ। ਮੈਂ ਸਾਰਿਆਂ ਨੂੰ ਪਹਿਲੇ ਐਜ਼ ਅ ਲੀਡਰ ਆਫ ਦੀ ਓਪੋਜੀਸ਼ਨ ਮੈਂ ਮੰਗ ਕੀਤੀ ਹੈ 10,000 ਕਰੋੜ ਰੁਪਈਆ ਮੋਦੀ ਜੀ PM CARE ਚ ਦੋ, ਤੁਹਾਡੇ ਕੋਲ 30,000 ਕਰੋੜ ਰੁਪਈਆ ਪਿਆ, ਸਾਰਿਆਂ ਵੱਧ ਨੁਕਸਾਨ ਅੱਜ ਹਿਮਾਚਲ ਦਾ ਤੇ ਪੰਜਾਬ ਦਾ ਪੇਰ ਹੋਇਆ। 10,000 ਕਰੋੜ ਦਾ ਪੰਜਾਬ ਚ ਨੁਕਸਾਨ, 10,000 ਕਰੋੜ ਨੂੰ ਹੀ ਵੱਧ, ਬਟ ਮਿਨੀਮਮ ਸਾਨੂੰ ਦੋ। ਫਿਰ ਮੇਰੀ ਮੰਗ ਹੈ, ਵੇਖੋ ਤੁਹਾਡੇ ਜ਼ਰੀਏ ਮੈਂ ਕਲੀਅਰ ਕਰਨਾ ਚਾਹੁੰਦਾ ਭਗਵੰਤ ਮਾਨ ਨੂੰ, ਤੂੰ ਕਹਿੰਦਾ ਜੀ ਦੋਹਰੀ ਵਾਰ ਝੋਨਾ ਫੇਰ ਲਓ, ਤੁਸੀਂ ਆਪ ਵੇਖੋ ਕਿਸਾਨ ਆ ਆਪਾਂ ਸਾਰੇ ਇਸ ਟਾਈਮ 8-8, 9-9, 10-10 ਫੁੱਟ ਪਾਣੀ ਦੇ ਵਿੱਚ ਉਹਨਾਂ ਪਿੰਡਾਂ ਅਜੇ ਤੇ ਪੈਲੀਆਂ ਸੁੱਕਣ ਨੂੰ ਮਹੀਨਾ, ਡੇਢ ਮਹੀਨਾ ਤੁਸੀਂ ਪੈਲੀਆਂ 'ਚ ਨਹੀਂ ਵੜ ਸਕਦੇ। ਤੁਸੀਂ ਕਿੱਥੋਂ ਇਸ ਟਾਈਮ ਝੋਨਾ ਲੱਗਣ ਦਾ ਤੇ ਟਾਈਮ ਓਵਰ ਹੋ ਚੁੱਕਿਆ। ਆਹ 15 ਦਿਨ ਜੁਲਾਈ ਤੋਂ 15 ਤੋਂ ਲੈ ਕੇ 1 ਅਗਸਤ ਤੱਕ ਵੱਧ ਤੋਂ ਵੱਧ ਬਾਸਮਤੀ ਬੀਜੀ ਜਾ ਸਕਦੀ, ਅਸੀਂ ਰੋਜ਼ ਝੋਨਾ ਬੀਜਣ ਵਾਲੇ। ਜੇ ਪਨੀਰੀ ਵੀ ਅੱਜ ਲਾਵਾਂਗੇ ਮਹੀਨੇ ਤੋਂ ਪਹਿਲਾਂ ਤਾਂ ਪਨੀਰੀ ਨਹੀਂ ਹੁੰਦੀ। ਕਿਹੜੇ ਆਕਸੀਜਨ ਦੇ ਵਿੱਚ ਤੁਸੀਂ ਮੈਨੂੰ ਦੱਸੋ? ਸਰਦੀਆਂ ਦਾ ਝੋਨਾ ਮੈਂ ਤੇ ਦੇਖ ਕੇ ਸੁਣਿਆ ਨਹੀਂ, ਸਰਦੀਆਂ ਝੋਨਾ ਲੱਗਦਾ ਜਦੋਂ 1.5 ਮਹੀਨੇ ਬਾਅਦ, ਦੇਖੋ ਸਾਰਾ ਮਹੀਨਾ ਗੁਜ਼ਰ ਜਾਣਾ ਅਗਸਤ ਦਾ 20 ਸਪਟੈਂਬਰ ਦੇ ਵਿੱਚ, ਐਂਡ ਆਫ ਸਪਟੈਂਬਰ ਤੱਕ ਤਾਂ ਫਸਲ ਆਉਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ, ਮੈਂ ਇਹਦੇ ਕੋਲ ਮੰਗ ਕੀਤੀ 50,000 ਰੁਪਈਆ ਵੀ ਏਕੜ ਮੁਆਵਜ਼ਾ ਦੇ, ਕਿਉਂਕਿ ਮਾਲਵੇ ਦੇ ਵਿੱਚ ਸਾਰੇ ਜਿਸ ਤੁਹਾਡੇ ਘੱਗਰ ਦਾ ਏਰੀਆ, ਪਠਾਣ ਦਾ ਜਿਹੜਾ ਪਟਿਆਲਾ, ਸਾਰੀ ਪਿੰਡ ਸੰਗਰੂਰ ਦੀ ਹੈ, ਮਾਨਸਾ, ਬਠਿੰਡਾ, ਸਾਰੇ ਜਿੱਥੇ ਜਿੱਥੇ ਜਾ ਰਹੀ ਜਾਂ ਜਿੱਥੇ ਸਾਡੇ ਦੁਆਬੇ ਦੇ ਨੁਕਸਾਨ ਹੋਇਆ, ਅੱਜ ਠੇਕਾ ਮਿਨੀਮਮ ਪੰਜਾਬ ਦੇ ਵਿੱਚ ਜਾਂ ਮਾਲਵੇ ਦੀ ਇਸ ਧਰਤੀ 'ਤੇ 60-70 ਹਜ਼ਾਰ ਰੁਪਈਆ 20 ਕਿੱਲੇ ਦਾ ਠੇਕਾ, ਤੁਹਾਡੀ ਫਸਲ ਖਤਮ ਹੋ ਗਈ। ਮੈਂ 50,000 ਕਿਉਂ ਮੰਗਣਾ ਉਹਨੂੰ ਕਹਿ ਗਿਆ, 50,000 ਰੁਪਈਆ 1 ਕਿੱਲੇ ਦਾ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਕੁਝ ਕਿਸਾਨਾਂ ਨੂੰ ਜਦੋਂ ਇੱਕ ਵਾਰ ਨੁਕਸਾਨ ਫਸਲ ਦਾ ਹੋਇਆ ਦਿੱਤਾ।
ਇਹਨਾਂ ਨੇ ਖੁਦ ਸੋਸ਼ਲ ਮੀਡੀਆ ਤੇ ਪੜ੍ਹੋ ਕਿ ਕਹਿੰਦੇ ਰਹੇ ਕਿ ਅਸੀਂ 50-50 ਹਜ਼ਾਰ ਰੁਪਇਆ ਕਿੱਲੇ ਦਾ ਮੁਆਵਜ਼ਾ ਦਿੱਤਾ, ਅਸੀਂ ਉਹੀ ਮੁਆਵਜ਼ੇ ਦੀ ਮੰਗ ਕਰਨਾ ਹੈ। 50,000 ਰੁਪਇਆ 20 ਕਿੱਲਾ, 50,000 ਰੁਪਇਆ 20 ਡੰਗਰ ਜਿਹੜਾ ਮਰਜ਼ੀ, 5 ਲੱਖ ਰੁਪਇਆ ਗਰੀਬ ਬੰਦਿਆਂ ਦੇ ਕੋਠੇ ਜਿਹਨਾਂ ਦੇ ਡਿੱਗੇ ਨੇ ਜਾਂ ਜਿਹਨਾਂ ਦੀਆਂ ਛੱਤਾਂ ਪਾੜ ਗਈਆਂ ਨੇ।